ਜੀ ਅਸਲਾਮ ਵਾਲੇਕੁਮ, ਕੀ ਹਾਲ ਚਾਲ ਨੇ ਦੋਸਤੋ? ਠੀਕ ਠਾਕ ਉਮੀਦ ਹੈ ਸਾਰੇ ਦੋਸਤ ਖੈਰ ਖਰੀਅਤ ਨਾਲ ਹੋਣਗੇ, ਅਤੇ ਮੇਰੀ ਦੁਆ ਹੈ ਕਿ ਅੱਲਾ ਪਾਕ ਸਾਰੇ ਦੋਸਤਾਂ ਨੂੰ ਖੈਰ ਖਰੀਅਤ ਨਾਲ ਰੱਖੇ, ਆਪਣੇ ਹਿਫਜ਼ੋ ਅਮਾਨ ਵਿੱਚ ਰੱਖੇ। ਅਤੇ ਅੱਜ ਦੀ ਵੀਡੀਓ ਮਜ਼ੇਦਾਰ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਜਿਹੜੇ ਜਿਹੜੇ ਦੋਸਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਬੈੱਲ ਆਈਕਾਨ ਦੇ ਬਟਨ ਨੂੰ ਔਨ ਕਰ ਲਓ ਤਾਂ ਕਿ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਅਤੇ ਦੋਸਤੋ ਥੰਬਨੇਲ ਵੇਖ ਕੇ ਤੁਹਾਨੂੰ ਵੀਡੀਓ ਦਾ ਤਾਂ ਪਤਾ ਚੱਲ ਹੀ ਗਿਆ ਹੋਏਗਾ ਕਿ ਅੱਜ ਦੀ ਵੀਡੀਓ ਸਾਡੀ ਕਿਸ ਮੌਜੂ 'ਤੇ। ਅਤੇ ਕਿਉਂਕਿ ਪਿਛਲੇ ਕੁਛ ਦਿਨਾਂ ਤੋਂ ਇੱਕ ਵੀਡੀਓ ਜਿਹੜੀ ਹੈ ਉਹ ਟਿਕਟੋਕ 'ਤੇ ਕਾਫੀ ਵਾਇਰਲ ਹੋ ਰਹੀ ਹੈ। ਡਾਕਟਰ ਸਾਹਿਬ ਨੇ ਇੱਕ ਵੀਡੀਓ ਬਣਾਈ ਹੈ ਤਰਬੂਜ਼ ਦੇ ਬਾਰੇ ਕਿ ਜਿਹੜਾ ਨਾ ਤਰਬੂਜ਼ ਨੂੰ ਟੀਕੇ ਲਗਾ ਕੇ ਕਿਸ ਤਰ੍ਹਾਂ ਲਾਲ ਕਰਕੇ ਜਿਹੜਾ ਨਾ ਉਹ ਮੰਡੀਆਂ 'ਚ ਵੇਚਿਆ ਜਾ ਰਿਹਾ। ਅਤੇ ਮੇਰੇ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਤਰਬੂਜ਼ ਹੈ, ਅਤੇ ਮੈਂ ਕਿਹਾ ਚਲੋ ਅੱਜ ਜਾ ਕੇ ਲਾਈਵ ਤਜਰਬਾ ਕਰਕੇ ਐਕਸਪੈਰੀਮੈਂਟ ਕਰਕੇ ਦੋਸਤਾਂ ਦੇ ਨਾਲ ਸ਼ੇਅਰ ਕਰਨੇ ਆ। ਅਤੇ ਮੈਂ ਆਪਣੇ ਨਾ ਦੋਸਤ ਦੇ ਨਾਲ ਹੀ ਖੇਤਾਂ ਦੇ ਵਿੱਚ ਆਇਆ, ਉੱਥੇ ਤਰਬੂਜ਼ ਆਇਆ ਸੀ ਉਹਦੇ, ਅਤੇ ਮੈਂ ਕਿਹਾ ਚਲੋ ਅੱਜ ਆ ਕੇ ਦੋਸਤਾਂ ਦੇ ਨਾਲ ਲਾਈਵ ਸ਼ੇਅਰ ਕਰਨੇ ਆ। ਅਤੇ ਅੱਜ ਦੀ ਜਿਹੜੀ ਵੀਡੀਓ ਹੈ ਬਹੁਤ ਹੀ ਮਜ਼ੇਦਾਰ ਹੋਣ ਵਾਲੀ ਹੈ, ਸਾਰੇ ਦੋਸਤਾਂ ਨੇ ਵੀਡੀਓ ਪੂਰੀ ਵੇਖਣੀ ਹੈ, ਇਨਸ਼ਾਅੱਲਾ ਤੁਹਾਨੂੰ ਮਜ਼ਾ ਵੀ ਆਏਗਾ ਅਤੇ ਤੁਹਾਨੂੰ ਮੁਕੰਮਲ ਦੱਸਾਂਗੇ ਕਿ ਇਹਦੇ ਵਿੱਚ ਕਿਤਨੀ ਸੱਚਾਈ ਹੈ ਇਸ ਦੇ ਅੰਦਰ। ਇਹ ਚੈੱਕ ਕਰੋ ਜਿਸ ਤਰ੍ਹਾਂ ਕਿ ਅਸੀਂ ਖੇਤਾਂ 'ਚ ਆ ਚੁੱਕੇ ਹਾਂ ਜੀ, ਤਰਬੂਜ਼ ਦੇ ਫਰੈਸ਼ ਬਿਲਕੁਲ ਤਾਜ਼ਾ ਤੁਹਾਡੇ ਸਾਹਮਣੇ ਜਿਹੜਾ ਨਾ ਉਹ ਤੋੜ ਰਹੇ ਹਾਂ ਜੀ। ਇਹ ਚੈੱਕ ਕਰੋ ਜੀ, ਇਹ ਇੱਕ ਤੋੜਿਆ ਜੀ, ਅਤੇ ਉਸ ਤੋਂ ਬਾਅਦ ਜੀ ਇੱਕ ਹੈ, ਇਹ ਦੇਖੋ ਇਹ ਬਿਲਕੁਲ ਵੇਲ ਦੇ ਨਾਲ ਹੈ ਜੀ। ਇਹ ਚੈੱਕ ਕਰੋ, ਆਹ ਦੋ ਤਰਬੂਜ਼ ਤੋੜ ਲੈਣੇ ਜੀ। ਹੁਣ ਉੱਥੇ ਛਾਂ 'ਤੇ ਚੱਲ ਕੇ ਤੁਹਾਡੇ ਸਾਹਮਣੇ ਇਹਨੂੰ ਟੀਕਾ ਵਗੈਰਾ ਲਗਾ ਕੇ ਇਹਦਾ ਐਕਸਪੈਰੀਮੈਂਟ ਕਰਨੇ ਆ ਜੀ, ਤੁਹਾਡੇ ਸਾਹਮਣੇ ਚੈੱਕ ਕਰਨੇ ਆ ਜੀ। ਜੀ ਦੋਸਤੋ ਦੇਖੋ ਅਸੀਂ ਜਿਹੜਾ ਨਾ ਉੱਥੋਂ ਖੇਤ ਦੇ ਅੰਦਰੋਂ ਤੋੜ ਕੇ ਤਰਬੂਜ਼ ਅਤੇ ਇੱਥੇ ਛਾਂ ਦੇ ਉੱਤੇ ਜਿਹੜਾ ਨਾ ਲੈ ਕੇ ਆ ਗਏ ਹਾਂ। ਇੱਥੇ ਹੁਣ ਪਹਿਲੇ ਤੁਹਾਨੂੰ ਟੱਕੀ ਲਾ ਕੇ ਚੈੱਕ ਕਰਾਉਂਦੇ ਹਾਂ ਜੀ ਹਲਕੀ ਜੀ। ਇਹ ਚੈੱਕ ਕਰੋ, ਇਹ ਤਾਂ ਪੱਕੇ ਹੀ ਬੜੇ ਨੇ। ਅੱਛਾ, ਇਹ ਕੁਦਰਤੀ ਜਿਹੜਾ ਨਾ ਉਹ ਬਿਲਕੁਲ ਲਾਲ ਹੈ, ਠੀਕ ਹੈ ਜੀ। ਇਹ ਤਾਂ ਬਿਲਕੁਲ ਲਾਲ ਨਿਕਲਿਆ ਜੀ। ਹੁਣ ਦੂਸਰੇ ਨੂੰ ਤੁਹਾਨੂੰ ਟੱਕੀ ਲਾ ਕੇ ਚੈੱਕ ਕਰਾਉਂਦੇ ਹਾਂ ਜੀ। ਬੰਦ ਕਰ ਕੇ ਦੋ ਲੈ ਕੇ ਆਏ ਹਾਂ, ਠੀਕ ਹੈ ਜੀ। ਉਹਨੂੰ ਟੱਕੀ ਲਾਉਣ ਲੱਗੇ ਹਾਂ ਲੇਕਿਨ ਉਹ ਬਿਲਕੁਲ ਜਿਹੜਾ ਨਾ ਪੱਕੇ ਸੀ, ਇਸ ਲਈ ਉਹ ਫਟ ਗਏ ਨੇ, ਠੀਕ ਹੈ ਜੀ। ਇਹ ਦੋ ਇਹ ਬਿਲਕੁਲ ਤਿਆਰ ਸੀ, ਇਹ ਵਾਲਾ ਵੀ ਇਹ ਫਟ ਗਿਆ ਨੇ। ਅਤੇ ਹੁਣ ਅਸੀਂ ਇਹ ਇੱਕ ਹੋਰ ਤੋੜ ਕੇ ਲੈ ਕੇ ਆਏ ਹਾਂ ਲੇਕਿਨ ਅਸੀਂ ਟੱਕੀ ਨਹੀਂ ਲਾਵਾਂਗੇ ਕਿਉਂਕਿ ਇਹ ਬਿਲਕੁਲ ਪੱਕੇ ਹੋਏ ਨੇ। ਅਗਰ ਹੁਣ ਅਸੀਂ ਟੱਕੀ ਲਾਉਂਦੇ ਹਾਂ ਤਾਂ ਇਹ ਪਹਿਲੇ ਦੀ ਤਰ੍ਹਾਂ ਫਟ ਜਾਏਗਾ, ਠੀਕ ਹੈ। ਅਸੀਂ ਇਹਨੂੰ ਬਿਲਕੁਲ ਇਸੇ ਤਰ੍ਹਾਂ ਹੀ ਨਾ ਚੈੱਕ ਕਰੋ, ਇਹ ਬਿਲਕੁਲ ਜਾਮੇ ਸ਼੍ਰੀ ਦਾ ਟੀਕਾ ਹੈ ਜੀ। ਇਹਦੇ ਅੰਦਰ ਜਾਮੇ ਸ਼੍ਰੀ ਹੈ, ਮਿੱਠਾ ਸੀਰਪ ਹੈ, ਹੋਰ ਕੋਈ ਚੀਜ਼ ਨਹੀਂ ਹੈ, ਠੀਕ ਹੈ। ਇਹ ਦੋਸਤਾਂ ਨੂੰ ਸਿਰਫ ਦਿਖਾਉਣ ਵਾਸਤੇ, ਤਜਰਬਾ ਕਰਨ ਵਾਸਤੇ ਅਸੀਂ ਇਹਨੂੰ ਜਿਹੜਾ ਨਾ ਉਹ ਲਾ ਰਹੇ ਹਾਂ ਜੀ। ਇਹ ਚੈੱਕ ਕਰੋ ਜੀ, ਐਸਾ ਕਰੋ ਦੋਸਤੋ, ਬਹੁਤ ਮੁਸ਼ਕਿਲ ਜਿਹੜਾ ਨਾ ਉਹ ਜਾ ਰਿਹਾ ਜੀ ਅੰਦਰ ਇਹਦੇ ਸਿਰਪ। ਲਓ ਜੀ ਇਹ ਚੈੱਕ ਕਰੋ, ਇਹਨੂੰ ਲੱਗ ਗਿਆ ਦੋਸਤੋ ਫਾਈਨਲੀ, ਠੀਕ ਹੈ ਜੀ।
ਇਹ ਥੁੱਕ ਜਿਹੜਾ ਨਾ ਉਹ ਹੁਣੇ ਬਿਲਕੁਲ ਨਿਕਲਣਾ ਸ਼ੁਰੂ ਹੋ ਗਿਆ ਜੀ। ਇਹ ਚੈੱਕ ਕਰੋ, ਇਹ ਬਿਲਕੁਲ ਬਾਹਰ ਆ ਰਿਹਾ ਜੀ, ਇਹਦੇ ਅੰਦਰ ਟਿਕ ਹੀ ਨਹੀਂ ਰਿਹਾ। ਠੀਕ ਹੈ ਜੀ, ਅਤੇ 24 ਘੰਟੇ ਤੱਕ ਇਹਦੇ ਅੰਦਰ ਕਿਸ ਤਰ੍ਹਾਂ ਰਹਿ ਸਕਦਾ, ਜਾਂ 48 ਘੰਟੇ, ਜਾਂ 2 ਦਿਨ, ਜਾਂ 3 ਦਿਨ ਇਹਦੇ ਅੰਦਰ ਇਹ ਨਹੀਂ ਰਹਿ ਸਕਦਾ। ਠੀਕ ਹੈ ਜੀ, ਇਹ ਕੁਦਰਤੀ ਬਿਲਕੁਲ ਲਾਲ ਨੇ, ਇਹਦੇ ਅੰਦਰ ਕੋਈ ਟੀਕਾ ਵਗੈਰਾ ਨਾਲ ਇਹ ਲਾਲ ਨਹੀਂ ਹੁੰਦਾ। ਠੀਕ ਹੈ ਜੀ, ਇਹ ਤੁਹਾਡੇ ਸਾਹਮਣੇ, ਬਿਲਕੁਲ ਤੁਹਾਡੇ ਸਾਹਮਣੇ ਤਜਰਬਾ ਕੀਤਾ ਹੈ ਜੀ ਕਿ ਉਹਨੂੰ ਟੀਕਾ ਲਗਾਇਆ, ਲੇਕਿਨ ਟੀਕੇ ਦੇ ਅੰਦਰ ਉਹ ਵਾਲੀ ਚੀਜ਼ ਬਿਲਕੁਲ ਬਾਹਰ ਆ ਰਹੀ ਹੈ। ਜਿਹੜਾ ਸਿਰਪ ਅਸੀਂ ਟੀਕੇ ਦੇ ਜ਼ਰੀਏ ਅੰਦਰ ਲਾਇਆ ਉਹ ਬਿਲਕੁਲ ਬਾਹਰ ਆ ਰਿਹਾ। ਠੀਕ ਹੈ ਜੀ, ਇਹ ਬਿਲਕੁਲ ਜਿਹੜੀ ਡਾਕਟਰ ਸਾਹਿਬ ਨੇ ਵੀਡੀਓ ਬਣਾਈ ਹੈ ਉਹ ਬਿਲਕੁਲ ਨਾਮੁਨਾਸਿਬ ਹੈ ਜੀ। ਠੀਕ ਹੈ, ਇਹ ਚੈੱਕ ਕਰੋ, ਹਾਲੇ ਤੱਕ ਵੀ ਪਾਣੀ ਉਹ ਜਿਹੜਾ ਹੈ ਉਹ ਬਿਲਕੁਲ ਬਾਹਰ ਆ ਰਿਹਾ ਜੀ। ਇਹ ਚੈੱਕ ਕਰੋ, ਠੀਕ ਹੈ ਜੀ, ਇਹ ਬਿਲਕੁਲ ਟੀਕਾ ਵਗੈਰਾ ਦਾ ਕੋਈ ਸਿਸਟਮ ਨਹੀਂ ਹੈ, ਇਹ ਕੁਦਰਤੀ ਲਾਲ ਨੇ ਜੀ। ਇਹ ਚੈੱਕ ਕਰੋ, ਇਹ ਬਿਲਕੁਲ ਲਾਲ ਨੇ, ਇਹ ਸਾਰੇ ਕੁਦਰਤੀ ਲਾਲ ਨੇ। ਠੀਕ ਹੈ, ਇਹਦੇ ਅੰਦਰ ਕੋਈ ਸੱਚਾਈ ਨਹੀਂ, ਅਤੇ ਇਹ ਪਾਣੀ ਬਿਲਕੁਲ ਜਿਹੜਾ ਨਾ ਉਹ ਬਾਹਰ ਆ ਰਿਹਾ। ਇਹਦੇ ਛੋਟਾ ਜਿਹਾ ਸੁਰਾਖ ਹੋ ਜਾਵੇ ਮਤੀਰੇ ਨੂੰ, ਠੀਕ ਹੈ ਜੀ, ਅਤੇ ਇਹ 24 ਘੰਟੇ ਦੇ ਅੰਦਰ ਅੰਦਰ ਬਿਲਕੁਲ ਅੰਦਰੋਂ ਗਲ ਜਾਂਦਾ ਹੈ। ਸੁਰਾਖ ਛੋਟਾ ਜਿਹਾ ਵੀ ਇਹਨੂੰ ਸੁਰਾਖ ਹੋ ਜਾਵੇ ਅਤੇ ਅੰਦਰੋਂ ਬਿਲਕੁਲ ਪੂਰੀ ਤਰ੍ਹਾਂ ਜਿਹੜਾ ਨਾ ਉਹ ਗਲ ਕੇ ਖਰਾਬ ਹੋ ਜਾਂਦਾ। ਠੀਕ ਹੈ, ਅਤੇ 3-4 ਦਿਨ ਇਹ ਕਿਸ ਤਰ੍ਹਾਂ ਕੱਢ ਸਕਦਾ ਜੀ। ਅਤੇ ਬਾਕੀ ਹਰ ਇਹ ਤਕਰੀਬਨ ਸਾਰੇ ਫਲਾਂ ਦੇ ਵਿੱਚੋਂ ਇਹ ਸਭ ਤੋਂ ਸਸਤਾ ਜਿਹੜਾ ਨਾ ਉਹ ਫਲ ਹੈ, ਤਰਬੂਜ਼ ਹੈ। ਠੀਕ ਹੈ, ਅਤੇ ਕਾਫੀ ਲੋਕ ਪਰੇਸ਼ਾਨ ਸੀ ਇਸ ਚੀਜ਼ ਨੂੰ ਲੈ ਕੇ ਕਿ ਹੁਣ ਤਰਬੂਜ਼, ਪਹਿਲੇ ਜਿਹੜੇ ਲੋਕ ਸ਼ੌਕੀਨ ਸੀ ਤਰਬੂਜ਼ ਖਾਣ ਵਾਲੇ, ਉਹ ਲੋਕ ਕਾਫੀ ਪਰੇਸ਼ਾਨ ਸੀ ਕਿ ਇਹਦੇ 'ਚ ਇਹ ਮਸਲਾ ਆ ਰਿਹਾ। ਇਸ ਲਈ ਮੈਂ ਸੋਚਿਆ ਚਲੋ ਦੋਸਤਾਂ ਨੂੰ ਜਿਤਨਾ ਹੋ ਸਕੇ ਆਪਣੀ ਤਰਫੋਂ ਗਾਈਡ ਕਰੀਏ, ਇਹ ਤੁਹਾਡੇ ਸਾਹਮਣੇ ਲਾਈਵ ਐਕਸਪੈਰੀਮੈਂਟ ਕੀਤਾ ਜੀ, ਤਜਰਬਾ ਕੀਤਾ। ਇਹ ਇਸ ਤਰ੍ਹਾਂ ਦਾ ਕੋਈ ਚੱਕਰ ਨਹੀਂ ਹੈ, ਇਹ ਬਿਲਕੁਲ ਕੁਦਰਤੀ ਅੱਲਾ ਪਾਕ ਕੱਲੋ ਜਿਹੜਾ ਨਾ ਇਹ ਲਾਲ ਹੁੰਦੇ ਨੇ, ਕਿਸੇ ਟੀਕੇ ਵਗੈਰਾ ਲਾਉਣ ਨਾਲ ਜਾਂ ਟੀਕੇ ਦੇ ਲਾਉਣ ਨਾਲ ਇਹ ਲਾਲ ਨਹੀਂ ਹੁੰਦੇ ਬਿਲਕੁਲ ਵੀ। ਇਹ ਇੱਕ ਐਵੇਂ ਗਲਤ ਸੋਚ ਹੈ ਸਾਡੀ। ਠੀਕ ਹੈ ਜੀ, ਇਹ ਟੀਕਾ ਇੱਥੇ ਲਾਇਆ, ਪਾਣੀ ਬਿਲਕੁਲ, ਇਹ ਚੈੱਕ ਕਰੋ ਨਿਕਲ ਰਿਹਾ, ਇਹ ਇੱਥੋਂ ਕੱਲ੍ਹ ਤੀਕਰ ਇਹ ਬਿਲਕੁਲ ਅੰਦਰੋਂ ਗਲ ਜਾਏਗਾ, ਫਾਰਗ ਹੋ ਜਾਏਗਾ, ਇਹ ਕਿਸੇ ਕਾਰਾਮਦ ਨਹੀਂ ਹੈ। ਜਿੰਨੀ ਦੇਰ ਤੱਕ ਇਹ ਬਿਲਕੁਲ ਬੰਦ ਹੈ, ਇਹਨੂੰ ਕੋਈ ਚੀਜ਼ ਨਹੀਂ ਲੱਗਦੀ, ਇਹ ਬਿਲਕੁਲ ਸਹੀ ਹੈ, ਕਾਰਾਮਦ ਹੈ। ਜਦੋਂ ਇਹਨੂੰ ਛੋਟਾ ਜਿਹਾ ਵੀ ਸੁਰਾਖ ਹੋ ਜਾਏਗਾ, ਅੰਦਰੋਂ ਜੱਗ ਨਿਕਲਣੀ ਸ਼ੁਰੂ ਹੋ ਜਾਏਗੀ, ਪਾਣੀ ਨਿਕਲਣਾ ਸ਼ੁਰੂ ਹੋ ਜਾਏਗਾ, ਇਹ ਬਿਲਕੁਲ ਫਾਰਗ ਹੋ ਜਾਏਗਾ। ਇਹ ਦੋਸਤਾਂ ਵਾਸਤੇ ਇੱਕ ਛੋਟਾ ਜਿਹਾ ਤਜਰਬਾ ਕੀਤਾ, ਐਕਸਪੈਰੀਮੈਂਟ ਕੀਤਾ, ਅਤੇ ਉਮੀਦ ਹੈ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਏਗੀ। ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ, ਅਤੇ ਜਿਹੜੇ ਜਿਹੜੇ ਦੋਸਤਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤਾਂ ਕਿ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਇਨਸ਼ਾਅੱਲਾ ਆਇੰਦਾ ਇਸੇ ਤਰ੍ਹਾਂ ਦੀ ਅੱਛੀ ਅੱਛੀ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ, ਅਤੇ ਇਨਸ਼ਾਅੱਲਾ ਸਾਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਤੱਕ। ਅੱਲਾ ਹਾਫਿਜ਼।